ਯੀਸ਼ੂ ਆਪਣੀ ਸੇਵਾ ਸ਼ੁਰੂ ਕਰਦਾ ਹੈ। ਸ਼ੈਤਾਨੇ ਲਾ ਪ੍ਰੀਖਿਆ ਲੈਣੇ ਬਾਅਦ ਯੀਸ਼ੂ ਵਾਪਿਸ ਗਲੀਲ ਦੇ ਇਲਾਕੇ ਚ ਆਇਆ। ਇਹ ਸਹਿ ਜਗ੍ਹਾ ਹੈ ਜਿੱਥੇ ਸਹਿ ਰਹਿੰਦਾ ਥਾ। ਪਵਿੱਤਰ ਆਤਮਾ ਉਸਨੂੰ ਬੜੀ ਸ਼ਕਤੀ ਦੇਦਾ ਥਾ। ਕੰਨੇ ਯੀਸ਼ੂ ਇੱਕ ਜਗ੍ਹਾ ਲਾ ਦੂਜੀ ਜਗ੍ਹਾ ਜੋ ਗਿਆ। ਕੰਨੇ ਲੋਕਾਂ ਜੋ ਸ਼ਿਕਸ਼ਾ ਦਿੱਤੀ, ਸਾਰਿਆਂ ਉਹਦੇ ਬਾਰੇ ਚ ਖਰੀਆਂ ਗੱਲਾਂ ਕੀਤੀਆਂ। ਯੀਸ਼ੂ ਨਸਰਤ ਸ਼ਹਿਰ ਚ ਗਿਆ। ਇਹ ਸਹਿ ਗ੍ਰਾਂ ਹੈ ਜਿੱਥੇ ਸਹਿ ਛੋਟੇ ਹੁੰਦੇ ਰਹਿੰਦਾ ਥਾ। ਸਬਤ ਦੇ ਦਿਨੇ ਸਹਿ ਆਰਾਧਨਾ ਕਰਨੇ ਦੀਆ ਜਗ੍ਹਾ ਪਰ ਗਿਆ। ਅਗਵਾਇਆ ਉਸਨੂੰ ਯਸ਼ਾ ਪਰਮੇਸ਼ਰੇ ਦਾ ਸੰਦੇਸ਼ ਦੇਣ ਵਾਲੇ ਦੀ ਇੱਕ ਕਿਤਾਬ ਦਿੱਤੀ। ਸਹਿ ਚਾਹੁੰਦੇ ਥੇ ਕਿ ਸਹਿ ਉਸ ਕਿਤਾਬਾਂ ਚ ਪੜ੍ਹੇ। ਕੰਨੇ ਯੀਸ਼ੂਏ ਉਸ ਕਿਤਾਬਾਂ ਜੋ ਖੋਲੀ ਕਰੀ ਉਹਦੇ ਇੱਕ ਹਿੱਸੇ ਜੋ ਲੋਕਾਂ ਤਾਈਂ ਪੜ੍ਹਿਆ। ਯੀਸ਼ੂਏ ਪੜ੍ਹਿਆ, ਪਰਮੇਸ਼ਰੇ ਮਿੰਜੋ ਆਪਣਾ ਆਤਮਾ ਦਿੱਤਿਆ ਹੈ ਤਾਂ ਕਿ ਮੈਂ ਕੰਗਾਲਾਂ ਚ ਸ਼ੁਭ ਸਮਾਚਾਰ ਦਾ ਪ੍ਰਚਾਰ ਕਰੀ ਸਕੇ। ਉਨੀ ਮਿੰਜੋ ਇਸ ਤਾਈਂ ਭੇਜਿਆ ਕਿ ਕੈਦੀਆਂ ਜੋ ਆਜ਼ਾਦ ਕਰਾਂ, ਅੰਨਿਆਂ ਜੋ ਅੱਖੀ ਦੇ, ਕੰਨੇ ਉਹਨਾਂ ਜੋ ਛੁਟਕਾਰਾ ਦੇ, ਜਿਨ੍ਹਾਂ ਜੋ ਦੂਜੇ ਲੋਕ ਸਤਾ ਦੇ ਨ। ਇਹ ਸਹਿ ਵਕਤ ਹੈ ਜਲ ਪਰਮੇਸ਼ੁਰ ਸਾਂਝੋ ਪਰ ਦਇਆ ਕਰਨੀ, ਕੰਨੇ ਸਾੜੀ ਸਹਾਇਤਾ ਕਰਨੀ। ਫਿਰੀ ਯੀਸ਼ੂ ਬੇਹੀ ਗਿਆ। ਸਾਰੇ ਲੋਕ ਉਸਨੂੰ ਬੜੇ ਧਿਆਨੇ ਲਾ ਦਿਖਾ ਦੇ ਥੇ। ਸਹਿ ਜਾਣਦੇ ਥੇ ਕਿ ਪਵਿੱਤਰ ਸ਼ਾਸਤਰ ਦਾ ਜਿਹੜਾ ਹਿੱਸਾ ਉਨੀ ਹੁਣ ਪੜ੍ਹਿਆ ਤਾਂ ਸਹਿ ਮਸੀਹ ਦੇ ਬਾਰੇ ਚ ਥਾ। ਯੀਸ਼ੂਏ ਬੋਲਿਆ, ਜਿਹੜੀਆਂ ਗੱਲਾਂ ਮੈਂ ਹੁਣ ਤੁਹਾਡੇ ਤਾਈ ਪੜ੍ਹੀਆਂ ਨ, ਸਹਿ ਇਸ ਵਕਤ ਹੋਆ ਦੀਆਂ ਨ। ਸਾਰੇ ਲੋਕ ਹੈਰਾਨ ਥੇ। ਉਹਨਾਂ ਬੋਲਿਆ, ਕਿਆ ਇਹ ਯੂਸਫ ਦਾ ਪੁੱਤਰ ਨੀ ਹੈ? ਤਾਲੂ ਯੀਸ਼ੂਏ ਬੋਲਿਆ, ਇਹ ਸੱਚ ਹੈ ਕਿ ਲੋਕ ਕੁਸੀ ਐਸੇ ਸੰਦੇਸ਼ ਦੇਣੇ ਵਾਲੇ ਜੋ ਨੀ ਅਪਣਾਉਂਦੇ ਜਿਹੜਾ ਉਹਨਾਂ ਦੇ ਸ਼ਹਿਰ ਚ ਪਲਿਆ ਬੁੜੋਇਆ ਹੋ। ਏਲੀਆਹ ਪਰਮੇਸ਼ਰੇ ਦਾ ਸੰਦੇਸ਼ ਦੇਣੇ ਵਾਲੇ ਦੇ ਵਕਤੇ ਚ ਇਜ਼ਰਾਇਲ ਚ ਮਤੀਆਂ ਵਿਧਵਾਂ ਜਨਾਨੀਆਂ ਥੀਆਂ, ਪਰ ਜਾਲੂ 3.5 ਸਾਲਾਂ ਤੀਕਰ ਵਰਖਾ ਨਹੀਂ ਹੋਈ ਤਾਂ ਪਰਮੇਸ਼ਰੇ ਏਲੀਆਹ ਜੋ ਇਜ਼ਰਾਇਲ ਚ ਕੁਸੀ ਵਿਧਵਾ ਦੀ ਸਹਾਇਤਾ ਕਰਨੇ ਤਾਈ ਭੇਜਿਆ। ਇਹਦੇ ਬਜਾਏ ਉਨੀ ਏਲੀਆਹ ਜੋ ਕੁਸੀ ਹੋਰ ਦੇਸ਼ੇ ਦੀਆਂ ਵਿਧਵਾ ਵੱਲ ਭੇਜਿਆ। ਯੀਸ਼ੂ ਬੋਲਦਾ ਰਿਹਾ, ਕੰਨੇ ਏਲੀਸ਼ਾ ਪਰਮੇਸ਼ਰ ਦੇ ਸੰਦੇਸ਼ ਦੇਣ ਵਾਲੇ ਦੇ ਵਕਤੇ ਚ ਇਜ਼ਰਾਇਲ ਚ ਮਤੇ ਲੋਕ ਚਮੜੀਆ ਦੇ ਰੋਗੇ ਨੇ ਬਿਮਾਰ ਥੇ, ਪਰ ਏਲੀਸ਼ਾ ਉਹਨਾਂ ਚ ਕੁਸੀ ਜੋ ਵੀ ਠੀਕ ਨਹੀਂ ਕੀਤਾ। ਉਨੀ ਸਿਰਫ ਇਜ਼ਰਾਇਲ ਦੇ ਦੁਸ਼ਮਣਾਂ ਦੇ ਸੈਨਾਪਤੀ ਨਾਮਾਨ ਜੋ ਠੀਕ ਕੀਤਾ, ਪਰ ਜਿਹੜੇ ਲੋਕ ਯੀਸ਼ੂ ਜੋ ਸੁਣਾਉਂਦੇ ਥੇ ਸਹਿ ਯਹੂਦੀ ਥੇ। ਇਸ ਤਾਈ ਜਲ ਉਹਨਾਂ ਉਸ ਇਹ ਬੋਲਦੇ ਸੁਣਿਆ ਤਾਂ ਸਹਿ ਉਸ ਪਰ ਗੁੱਸਾ ਹੋਏ। ਨਸਰਤ ਦੇ ਲੋਕਾਂ ਯੀਸ਼ੂ ਜੋ ਪਕੜੀ ਲਿਆ, ਕੰਨੇ ਉਸ ਆਰਾਧਨਾ ਦੀਆ ਜਗ੍ਹਾ ਲਾ ਗਸੀਟੀ ਕਰੀ ਬਾਹਰ ਲਈ ਗਏ। ਸਹਿ ਉਸ ਮਾਰੀ ਦੇਣੇ ਤਾਈ ਥੱਲੇ ਫੈਂਕਣੇ ਜੋ ਇੱਕ ਚਟਾਨਾ ਪਰ ਲਈ ਗਏ, ਪਰ ਯੀਸ਼ੂ ਭੀੜਾ ਚ ਨਿਕਲੀ ਗਿਆ। ਕੰਨੇ ਨਸਰਤ ਸ਼ਹਿਰੇ ਜੋ
ਛੱਡੀ ਕਰੀ ਚਲੀ ਗਿਆ। ਫਿਰ ਯਿਸੂ ਸਾਰੇ ਗਲੀਲ ਦੇ ਇਲਾਕਿਆਂ ਚ ਗਿਆ ਤੇ ਬੜੀ ਭੀੜ ਉਹਦੇ ਵੱਲ ਆਈ। ਸੈ ਐਸੇ ਮਤੇ ਲੋਕਾਂ ਜੋ ਲਈ ਕਰੀ ਆਏ ਜਿਹੜੇ ਬਿਮਾਰ ਕਨੇ ਵਿਕਲਾਂਗ ਥੇ। ਉਹਨਾਂ ਚ ਕੁਛ ਦਿਖੀ ਚਲੀ ਸੁਣੀ ਜਾਂ ਬੋਲੀ ਨਹੀਂ ਸਕਦੇ ਥੇ ਕਨੇ ਯਿਸੂਏ ਉਹਨਾਂ ਜੋ ਠੀਕ ਕੀਤਾ। ਇਹਦੇ ਇਲਾਵਾ ਮਤੇ ਐਸੇ ਲੋਕ ਯਿਸੂਏ ਵੱਲ ਆਏ ਜਿਨ੍ਹਾਂ ਚ ਬੁਰੀਆਂ ਆਤਮਾ ਥੀਆਂ। ਯਿਸੂਏ ਉਹਨਾਂ ਚ ਬੁਰੀਆਂ ਆਤਮਾ ਜੋ ਨਿਕਾਲੀ ਜਾਣੇ ਦਾ ਹੁਕਮ ਦਿੱਤਾ। ਸਹਿ ਬੁਰੀਆਂ ਆਤਮਾ ਹਮੇਸ਼ਾ ਚਿਲਾਂਦੀਆਂ ਥੀਆਂ, ਤੂੰ ਪਰਮੇਸ਼ਵਰ ਦਾ ਪੁੱਤਰ ਹੈ। ਭੀੜਾ ਦੇ ਲੋਕ ਹੈਰਾਨ ਥੇ ਕਨੇ ਉਹਨਾਂ ਪਰਮੇਸ਼ਰ ਦੀ ਸਤੁਤੀ ਕੀਤੀ। ਫਿਰੀ ਯਿਸੂਏ 12 ਚੇਲਿਆਂ ਜੋ ਚੁਣਿਆ ਜਿਨ੍ਹਾਂ ਜੋ ਉਨੀ ਆਪਣੇ ਪ੍ਰੇਰਿਤ ਬੋਲਿਆ। ਉਹਨਾਂ ਪ੍ਰੇਰਿਤੋਂ ਉਦੇ ਸੋਗੀ ਯਾਤਰਾ ਕੀਤੀ ਕਨੇ ਉਸ ਆਲਾ ਸ਼ਿਕਸ਼ਾ ਲਈ। ਮਤੀ ਅਧਿਆਏ 4 ਦਾ 12 ਲਾ 25 ਲਾ, ਮਾਰਕੁਸ 1 ਦਾ 14 ਲਾ 15 ਦਾ, 35 ਲਾ 39 ਦਾ, 3 ਲਾ 13 ਲਾ 21 ਲਾ, ਲੁਕਾ 4 ਦਾ 13 ਲਾ 30 ਦਾ, 38 ਲਾ 34 ਲਾ, ਇੱਕ ਬਾਈਬਲ ਦੀ ਕਹਾਣੀ।